ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਐਜ਼ ਅ ਕੋਚ ਜਾਣਾ ਚਾਹੁੰਦੇ ਹੋ, ਇੰਟਰਟੇਨਮੈਂਟ ਜਾਣਾ ਚਾਹੁੰਦੇ ਹੋ, ਕੋਈ ਰਿਲੀਜੀਅਸ ਵਰਕਰ ਵਾਂਗੂ ਜਾਣਾ ਚਾਹੁੰਦੇ ਹੋ ਐਂਡ ਉੱਥੇ ਜਾ ਕੇ ਯੂ ਵਾਂਟ ਟੂ ਵਰਕ, ਦੈਨ 408 ਸਬ ਕਲਾਸ ਵੀਜ਼ਾ ਇਜ਼ ਫੋਰ ਯੂ। ਜੇਕਰ ਤੁਸੀਂ ਸ਼ਾਰਟ ਟਰਮ ਟੂਰ ਲਈ ਜਾਣਾ ਚਾਹੁੰਦੇ ਹੋ ਜਿੱਥੇ 2 ਮਹੀਨੇ ਦੀ ਟ੍ਰੇਨਿੰਗ ਚੱਲ ਰਹੀ ਹੈ, ਜਾਂ ਜਿੱਥੇ ਤੁਸੀਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਐਜ਼ ਅ ਗ੍ਰੰਥੀ ਕੰਮ ਕਰਨਾ ਚਾਹੁੰਦੇ ਹੋ ਐਂਡ ਯੂ ਹੈਵ ਅ ਸਪੋਂਸਰ ਫਰੋਮ ਆਸਟ੍ਰੇਲੀਆ ਫਰੋਮ ਅ ਗੁਰਦੁਆਰਾ, ਦੈਨ ਯੂ ਕੈਨ ਅਪਲਾਈ ਇਨ ਟੂ ਰਿਲੀਜੀਅਸ ਕੈਟੇਗਰੀ ਆਫ ਵੀਜ਼ਾ ਵਿਚ ਇਜ਼ 408। ਜੇਕਰ ਤੁਸੀਂ ਉੱਥੇ ਖੇਡਣਾ ਚਾਹੁੰਦੇ ਹੋ ਐਂਡ ਤੁਸੀਂ ਕੋਈ ਟੂਰਨਾਮੈਂਟ ਅਟੈਂਡ ਕਰਨਾ ਚਾਹੁੰਦੇ ਹੋ ਐਜ਼ ਅ ਕੋਚ ਐਜ਼ ਅ ਪਲੇਅਰ, ਦੈਨ ਯੂ ਕੈਨ ਅਪਲਾਈ ਫੋਰ 408 ਵਿਚ ਇਜ਼ 3 ਮੰਥਸ ਵੀਜ਼ਾ। ਜੇਕਰ ਤੁਸੀਂ ਉੱਥੇ ਜਾ ਕੇ ਕੋਈ ਪ੍ਰੋਫੈਸ਼ਨਲ ਗਰੋਥ ਕਰਨਾ ਚਾਹੁੰਦੇ ਹੋ, ਕੋਈ ਸੋਸ਼ਲ ਐਕਟੀਵਿਟੀਜ਼ ਨੇ ਤੁਹਾਨੂੰ ਬੁਲਾਇਆ, ਕਿਸੇ ਚਰਚ ਨੇ ਤੁਹਾਨੂੰ ਬੁਲਾਇਆ, ਯੂ ਕੈਨ ਅਪਲਾਈ ਫੋਰ 408 ਵੀਜ਼ਾ। ਜੇਕਰ 408 ਵੀਜ਼ਾ ਬਾਰੇ ਕੋਈ ਵੀ ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ, ਇਫ ਯੂ ਹੈਵ ਅ ਸਪੋਂਸਰ ਇਨ ਆਸਟ੍ਰੇਲੀਆ ਐਂਡ ਤੁਸੀਂ ਉਹ ਸਕਿੱਲਸ ਕੈਰੀ ਕਰਦੇ ਹੋ ਜਿਹੜੀਆਂ ਤੁਹਾਡੇ ਸਪੋਂਸਰ ਨੂੰ ਉੱਥੇ ਰਿਕੁਆਇਰਡ ਹੈ, ਕਾਲ ਨਾਓ ਔਨ ਦ ਹੈਲਪਲਾਈਨ ਆਫ ਕੈਨਵਲਡ ਐਂਡ ਵਿਲ ਹੈਲਪ ਯੂ ਔਨ 9216310310। 408 ਦੀ ਕੋਈ ਵੀ ਕੁਐਰੀਜ਼ ਵਾਸਤੇ ਪਲੀਜ਼ ਕਮ ਡਾਊਨ ਟੂ ਅਸ। ਥੈਂਕ ਯੂ।